हेलो जी, सत श्री अकाल जी सारिआं नूं। होर किदां मेरी प्यारी जी यूट्यूब फैमिली। आई होप कि तुसीं सारे जाने ठीक होवोगे, अपने अपने घरां दे विच तंदुरुस्त ते खुशहाल होवोगे। वाहिगुरु तुहानूं चढ़दी कला विच रखे ते मैं भी ठीक हाँ। इह हैगा जी शाम दा टाइम 5 बजे दा, ते इत्थे आपां चले सी गुरुद्वारे ते सिकंदर सुल्तान उहनां नूं तोर के खड़न दे सी, ते बहुत ज़्यादा भज भज के जाते सी। जदों इन्हां नूं बाहर खड़ी दा ते बहुत ही ज़्यादा खुश हुंदे आ, ऐ खिड़ जाते हैं कि असीं हुण किते चले आ, आज़ाद होण लगे आ। ते इत्थे अपने लागे ही ते आ देखो भज्जे भज्जे गाड़ी जान दे किदां, वाहिगुरू मेहर करे इन्हां ते। ते चलो जी, तुहानूं गुरुद्वारे दे दर्शन भी करवावांगे। वैसे मैं काफ़ी वारी करा चुकी हाँ तुहानूं। ते इत्थे सिकंदर सुल्तान उहनां दी पूरी मस्ती होण दई सी। ते आ देखो जी, ते इत्थे आपां नूं मत्था टेक के फिर आपां घर जा के तुहानूं मिलदे हाँ। बालियां भाजड़ा पाउंदे हुण मारो जीप, मंजे ते बैठोनी आ, मंजे ते नहीं बैठदे, नीचे उतार दियां ते नीचे भी नहीं खेडदे। आ देख दो इंजी करी जांदे, बहुत तंग करन दे। एदे खड़ चल, ओके दिखा मेरा सूट दसो सोना। चल हेलो कर दे, चल सिकंदर वेखिए की करन दे, सिकंदर देखिए बाहर की कर दे। ते अपनी मैं रिंग लाइट बना ली, कोई जुगाड़ जुगूड़ ला के माड़ी मोटी ना और रखी पार पैक उपरों सारा, मतलब हिस्सा ही वक्रा हो गया वाला, आ सारा ही टुट गया। इथों टुटा वा जिद, मतलब कि कसी दा ना नट उथों टुट गया वा। ते हुण मैं वैसे नाटा नुटा ना कस लिया वा, पर अभी कस लिया इहदी ज्यादा लोड़ सी, उहदी तां इन्नी लोड़ नहीं सी, इहनूं मैं कस लिया। की करन दे तुसीं, पानी सुणदे हो? पानी सुणदे जो सुल्तान, पानी सुणदे हो? सिकंदर है, ਸਿਕੰਦਰ ਹੈ। ਸਰੀਰ ਸੰਸਕਾਰ ਹੁੰਦਾ, ਉੱਪਰ ਜਾਂਦਾ, ਇਹਨੂੰ ਸੱਜੇ ਦੇ ਸਰੀਰ ਨੂੰ ਸਜ਼ਾ ਮਿਲਦੀ ਹੈ ਵੱਖਰਾ। ਆ ਕੈਨੇਡਾ ਦਾ ਨਾ ਸਪੀਕਰ ਹੈਨਾ, ਉਹ ਆ ਕੈਨੇਡਾ ਦਾ। ਇੱਥੇ ਬੋ, ਇਹ ਸਾਰੇ ਜਣੇ ਗੱਲ ਮੰਨਦੇ ਨਹੀਂ ਹੈ। ਹੈਲੋ ਕਰੋ, ਹੈਲੋ ਮੰਨ ਲੈਣ ਨਾ ਸਾਰੇ ਜਣੇ, ਜੇ ਸਾਰਾ ਦਸਵੰਦ ਸਾਰੇ ਜਣੇ ਕੱਢਣ ਲੱਗ ਜਾਣ ਤੇ ਆਪਾਂ ਵੀ ਸੁਲਤਾਨ ਹੈ। ਜਿੰਨੇ ਦਸਤਰੀ ਲੋਕ ਨੇ ਜਾਂ ਦੁਕਾਨਦਾਰ ਨੇ, ਪੂਰਾ ਪੂਰਾ ਦਸਵੰਧ ਕੱਢੋ। ਜੇ ਸਾਰਾ ਮਹੀਨਾ ਕੋਈ ਕਮੀ ਨਹੀਂ ਕਰਦਾ, ਚਾਹੇ ਸਾਰਾ ਮਹੀਨਾ ਬੜੀਆਂ ਖੁਸ਼ੀਆਂ ਬਣੀਆਂ ਰਹਿਣਗੀਆਂ। ਆਪਾਂ ਜਦੋਂ ਗੁਰੂ ਦਾ ਦਸਵੰਧ ਲਕੋਲ ਕੋ ਰੱਖਦੇ ਆ ਤਾਂ ਫਿਰ ਉਹ ਡਾਕਟਰ ਲੈ ਜਾਂਦੇ ਨੇ, ਨਹੀਂ ਤਾਂ ਫਿਰ ਕੋਈ ਚਲਾ। ਚਲ ਬਾਏ ਕਰ ਦੇ, 2-3 ਹਜ਼ਾਰ ਉੱਥੇ ਭਰ ਕੇ ਠੰਡੇ ਸੀੜੇ ਹੋ ਕੇ ਬਹਿ ਜਾ। ਮੇਰਾ ਕੰਦਰ ਬਾਏ ਕਰ ਦਿਆ ਜੀ। ਜੇ ਆਪਾਂ ਨੇ ਦਸਵੰਧ ਕੱਢਿਆ ਹੁੰਦਾ ਤਾਂ ਮਾਰੀ ਨਾ, ਆਪਣੀ ਰੱਖਿਆ ਵੀ ਕਰਦੇ ਭਾਈ ਸਾਡਾ ਇਹਨੇ। ਹਾਂਜੀ ਜੀ, ਇੱਥੇ ਅਸੀਂ ਹੋ ਆਏ ਸੀ ਗੁਰਦੁਆਰਿਓਂ, ਅਤੇ ਆਣ ਕੇ ਮੈਂ ਸਬਜ਼ੀ ਕੱਟ ਲਈ ਸੀ, ਆਲੂ ਗਾਜਰਾਂ ਦੀ ਮੈਂ ਕੋਈ ਵੀ ਵੀਡੀਓ ਸ਼ੂਟ ਨਹੀਂ ਕੀਤੀ, ਅਤੇ ਦੁੱਧ ਵੀ ਆਪਣਾ ਆ ਗਿਆ ਸੀ, ਅਤੇ ਇਹ ਹੁਣ ਮੈਂ ਗਰਮ ਕਰਨਾ ਧਰੂੰਗੀ। ਅਤੇ ਇੱਕ ਪਾਸੇ ਮੈਂ ਤੜਕਾ ਚੀਰਨਾ ਵਾਲੇ ਗਾਜਰਾਂ ਦਾ, ਅਤੇ ਇਹ ਹੈਗਾ ਜੀ ਪੰਜਾਬੀਆਂ ਦੀ ਸ਼ਾਮ ਦੀ ਰੂਟੀਨ, ਪਿੰਡਾਂ ਵਾਲਿਆਂ ਦੀ ਸ਼ਾਮ ਤੋਂ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਦੀ ਰੂਟੀਨ। ਹੁਣ ਮੈਂ ਤੜਕਾ ਚੀਰੂੰਗੀ ਅਤੇ ਦੁੱਧ ਗਰਮ ਕਰਨਾ ਧਰਤਾ। ਅਤੇ ਇੱਥੇ ਨਾ ਮੈਂ ਕਰਦ ਰਗੜ ਨਹੀਂ ਸੀ, ਤਿੱਖੀ ਨਹੀਂ ਸੀ, ਅਤੇ ਮੈਂ ਤਿੱਖੀ ਕਰਨ ਨਹੀਂ ਸੀ ਕਿਉਂਕਿ ਛੇਤੀ ਛੇਤੀ ਨਹੀਂ ਸੀ ਕੰਮ ਹੁੰਦੇ, ਅਤੇ ਬੱਚੇ ਇੰਨਾ ਕੁ ਜ਼ਿਆਦਾ ਦੁਖੀ ਕਰਦੇ ਆ ਨਾ, ਹਾਲੇ ਇਹਨਾਂ ਨੂੰ ਮੈਂ ਬਾਹਰੋਂ ਫੇਰ ਤੋਰ ਲਿਆਉਂਦੀ ਗੁਰਦੁਆਰੇ ਹੋ ਆਉਂਦੇ ਹਾਂ, ਇੰਝੀ ਬੱਚੇ ਦਾ ਮਨ ਹੌਲਾ ਹੋ ਜਾਂਦਾ, ਘਰੇ ਵੀ ਬੱਚਾ ਕੀ ਕਰੇ ਤੰਗ ਹੀ ਕਰਨਾ, ਪਰ ਇਹ ਫਿਰ ਵੀ ਨਹੀਂ ਹਟਦੇ। ਇਹਨਾਂ ਨੂੰ ਮੈਂ 10-10 ਵਾਰੀ ਮੰਜੇ 'ਤੇ ਚਾੜਦੀ ਹਾਂ, ਇਹ ਬੈਠਦੇ ਹੀ ਨਹੀਂ ਆ, ਪਤਾ ਨਹੀਂ ਕੀ ਗੱਲ ਇਹਨਾਂ ਨੂੰ, ਬਹੁਤ ਹੀ ਜ਼ਿਆਦਾ ਦੁਖੀ ਕਰਦੇ ਮੈਨੂੰ ਸੱਚ ਪੁੱਛੋ ਤਾਂ, ਇੰਨਾ ਕੁ ਜ਼ਿਆਦਾ। ਹੁਣ ਨਾ ਥੋੜ੍ਹੇ ਥੋੜ੍ਹੇ ਸਿਆਣੇ ਹੁੰਦੇ ਜਾਂਦੇ ਆ, ਇਹਨਾਂ ਨੂੰ ਪਤਾ ਲੱਗਣ ਲੱਗ ਪਈ ਕਿ ਇੱਦਾਂ ਦੁਖੀ ਕਰਨਾ, ਚੀਜ਼ਾਂ ਸੁੱਟਦੇ ਰਹਿੰਦੇ ਆ, ਖਰਾਬ ਕਰਦੇ ਰਹਿੰਦੇ ਆ। ਇਹ ਗੰਢਿਆਂ ਦੀ ਕੜੱਤਣ ਤਾਂ ਮੇਰੀਆਂ ਅੱਖਾਂ 'ਚੋਂ ਐਂ ਗਲੇਡੂ ਕਢਾ ਦਿੰਦੀ ਆ, ਹਿਸਾਬ ਹੀ ਨਹੀਂ ਆ।
ਹੁਣ ਮੈਂ 2 ਗੰਢੇ ਫਟਾਫਟ ਚੀਰ ਕੇ ਅਤੇ ਆਲੂ ਗਾਜਰਾਂ ਦੀ ਸਬਜ਼ੀ ਨੂੰ ਤੜਕਾ ਲਗਾਉਂਗੀ ਅਤੇ ਦੁੱਧ ਗਰਮ ਇਸ ਕਰਕੇ ਮੈਂ ਧਰਿਆ ਨਾਲ ਦੀ ਨਾਲ ਕਿਉਂਕਿ ਬੱਚਿਆਂ ਦੇ ਕੱਪ ਮੇਰੇ ਲਾਗੇ ਪਏ ਆ। ਟਾਈਮ ਹੋ ਗਿਆ ਜੀ 8 ਵਜੇ ਦਾ ਅਤੇ ਆਹ ਲਸਣ ਮੈਂ ਕਟਰ ਕਰਨਾ ਸੀ ਥੋੜ੍ਹਾ ਜਿਹਾ। ਅਤੇ ਤੁਹਾਨੂੰ ਮੇਰੀ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ, ਮੈਂ ਫਿਰ ਤੋਂ ਤੁਹਾਨੂੰ ਡੇਲੀ ਮਿਲਿਆ ਕਰੂੰਗੀ ਹੁਣ, ਕਿਉਂਕਿ 8 ਦਿਨ ਮੇਰੇ ਤੋਂ ਵਲੋਗ ਨਹੀਂ ਪਿਆ। ਤੁਸੀਂ ਸਾਰਿਆਂ ਨੇ ਮੇਰੀ ਬਹੁਤ ਹੀ ਜ਼ਿਆਦਾ ਵੇਟ ਕੀਤੀ ਹੈ, ਇਸ ਲਈ ਬਹੁਤ ਹੀ ਬਹੁਤ ਜ਼ਿਆਦਾ ਤੁਹਾਡਾ ਧੰਨਵਾਦ। ਤੁਸੀਂ ਸਾਰੇ ਜਣੇ ਮੈਨੂੰ ਇੰਨਾ ਪਿਆਰ ਦਿੰਦੇ ਜੋ, ਸਤਿਕਾਰ ਦਿੰਦੇ ਜੋ, ਬਹੁਤ ਹੀ ਜ਼ਿਆਦਾ ਮਿਹਰਬਾਨੀ ਤੁਹਾਡੀ। ਅਤੇ ਪਲੀਜ਼ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਅਤੇ ਵੱਧ ਤੋਂ ਵੱਧ ਲਾਈਕ ਜ਼ਰੂਰ ਕਰਿਆ ਕਰੋ ਅਤੇ ਕਮੈਂਟ ਵੀ ਜ਼ਰੂਰ ਕਰੇ ਕਿ ਜ਼ਾਇਆ ਹੀ ਕਰੋ। ਅਤੇ ਜਿਹੜੇ ਨਿਊ ਨੇ ਮੇਰੇ ਚੈਨਲ 'ਤੇ, ਚੈਨਲ ਨੂੰ ਕਰ ਦਿਓ ਜੀ ਪਲੀਜ਼ ਸਬਸਕ੍ਰਾਈਬ ਅਤੇ ਵੀਡੀਓ ਨੂੰ ਫੁੱਲ ਵਾਚ ਕਰਕੇ ਜਾਇਆ ਕਰੋ। ਇੱਥੇ ਆਪਣੇ ਲਸਣ ਵੀ ਕਟਰ ਹੋ ਗਿਆ ਸੀ, ਗੰਢੇ ਹੁਣ ਮੈਂ ਕੱਟ ਕੇ ਵਿੱਚ ਪਾ ਦੂੰਗੀ। ਹਾਲੇ ਮੈਂ ਪਤੀਲਾ ਧਰਿਆ ਸੀ ਉੱਤੇ ਤੇਲ ਨਹੀਂ ਸੀ ਪਾਇਆ, ਲਾਗੇ ਮੰਮੀ ਬੈਠੀ ਸੀ ਸਿਕੰਦਰ ਉਹਨਾਂ ਨੂੰ ਫੜ ਕੇ, ਕਿਉਂਕਿ ਉਹ ਵਾਰ ਵਾਰ ਨਾ ਅਸਲ ਦੇ ਵਿੱਚ ਵੀਡੀਓ ਮੇਰੇ ਤੋਂ ਤਾਂ ਨਹੀਂ ਸ਼ੂਟ ਹੁੰਦੀ ਕਿਉਂਕਿ ਟਰਾਈਪੋਡ ਸੁੱਟ ਦਿੰਦੇ ਆ, ਬਹੁਤ ਹੀ ਜ਼ਿਆਦਾ ਤੰਗ ਕਰਦੇ ਆ, ਇੰਨਾ ਕੁਛ ਜ਼ਿਆਦਾ ਕਰਦੇ ਆ ਤੁਹਾਨੂੰ ਦੱਸ ਨਹੀਂ ਸਕਦੀ, ਬਹੁਤ ਹੀ ਜ਼ਿਆਦਾ। ਕਦੀ ਇੱਧਰ ਨੂੰ ਚੀਜ਼ ਸੁੱਟ ਦਿੰਦੇ ਆ, ਕਦੀ ਇੱਧਰ ਨੂੰ ਸੁੱਟ ਦਿੰਦੇ ਆ। ਇਹਨਾਂ ਦੇ ਨਾਲ ਨਾਲ ਮੇਰੇ ਤੋਂ ਵੀਡੀਓ ਵੀ ਕੋਈ ਸ਼ੂਟ ਨਹੀਂ ਹੁੰਦੀ, ਬਸ ਥੋੜ੍ਹੀਆਂ ਬੋਲੀਆਂ ਹੁੰਦੀਆਂ। ਅਤੇ ਪਲੀਜ਼ ਇਹਨਾਂ ਵੀਡੀਓਜ਼ ਨੂੰ ਹੀ ਪਿਆਰ ਦਿਆ ਕਰੋ ਤੁਸੀਂ ਸਾਰੇ ਜਣੇ, ਤੁਹਾਡੀ ਬਹੁਤ ਹੀ ਬਹੁਤ ਮਿਹਰਬਾਨੀ। ਅਤੇ ਰਾਤ ਨੂੰ ਆ ਗਏ ਸੀ ਸਿਕੰਦਰ ਉਹਨਾਂ ਦੇ ਪਾਪਾ ਵੀ 11 ਵਜੇ, ਮੈਂ 11 ਵਜੇ ਤੱਕ ਜਾਗਦੀ ਰਹੀ ਸੀ। ਸੁਬਹਾ 4 ਵਜੇ ਗਏ ਸੀ, ਉਹ ਵੀ ਮੈਂ ਤੁਹਾਡੇ ਨਾਲ ਵਲੋਗ ਸ਼ੇਅਰ ਕੀਤਾ ਸਵੇਰ ਦਾ ਵੀ ਅਤੇ ਇਹ ਸ਼ਾਮ ਦਾ ਵਲੋਗ ਆ। ਸੁਬਹਾ 4 ਵਜੇ ਗਏ ਸੀ ਅਤੇ ਰਾਤ ਨੂੰ 11 ਵਜੇ ਆ ਗਏ ਸੀ, ਮੈਂ ਵੀ ਉਹਨਾਂ ਦੇ ਨਾਲ ਹੀ ਉੱਠੀ ਹੋਈ ਸੀ ਸੁਬਹਾ ਦੇ 4 ਵਜੇ ਅਤੇ ਰਾਤ ਨੂੰ ਅਸੀਂ 11-12 ਵਜੇ ਸੁੱਤੇ ਹਾਂ। ਅਤੇ ਇਸ ਦਾ ਨਾਲ ਨਾ ਨੀਂਦ ਨਹੀਂ ਮੇਰੀ ਪੂਰੀ ਹੁੰਦੀ ਜਦੋਂ ਮੈਂ ਇੱਦਾਂ ਕਰਦੀ ਹਾਂ ਨਾ, ਟਾਈਮ ਨਾਲ ਉੱਠ ਜਾਂਦੀ ਹਾਂ। ਜੇ ਮੈਂ ਲੇਟ ਉੱਠਾਂ ਤਾਂ ਫਿਰ ਤਾਂ ਠੀਕ ਆ, ਫਿਰ ਤਾਂ ਵਾਧੂ ਨੀਂਦ ਪੂਰੀ ਹੋ ਜਾਂਦੀ ਆ। ਚਲੋ ਕੋਈ ਗੱਲ ਨਹੀਂ ਆ, ਉੱਠਣਾ ਪੈਂਦਾ ਮਜ਼ਬੂਰੀਆਂ ਨੂੰ। ਅਤੇ ਇੱਥੇ ਮੇਰਾ ਸਬਜ਼ੀ ਨੂੰ ਤੜਕਾ ਵੀ ਲੱਗ ਚੱਲਿਆ ਸੀ ਅਤੇ ਮੇਰੇ ਤੋਂ ਗਾਰਡਲੀ ਵੀਡੀਓ ਕੋਈ ਮੁੜ ਕੇ ਸ਼ੂਟ ਨਹੀਂ ਹੋਈ ਕਿਉਂਕਿ ਬੱਚੇ ਇੰਨੇ ਰੋ ਰੋ ਕੇ ਸੁੱਤੇ ਸੀ, ਕੋਈ ਸਾਫ ਹੀ ਨਹੀਂ ਆ ਕਿਉਂਕਿ ਬਹੁਤ ਜ਼ਿਆਦਾ ਤੰਗ ਕਰਦੇ ਜਦੋਂ ਉਦੋਂ ਮੇਰੇ ਤੋਂ ਵੀਡੀਓ ਨਹੀਂ ਸ਼ੂਟ ਹੁੰਦੀ। ਅਤੇ ਪਲੀਜ਼ ਤੁਸੀਂ ਮੇਰੀ ਇਸ ਵੀਡੀਓ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਣਾ, ਵੱਧ ਤੋਂ ਵੱਧ ਦੇਣਾ, ਅਤੇ ਤਾਂ ਕਿ ਮੈਂ ਹੋਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂ। ਹੁਣ ਮੈਂ ਰੋਜ਼ ਹੀ ਡੇਲੀ ਕਰਿਆ ਕਰੂੰਗੀ, ਭਾਵੇਂ ਛੋਟੀ ਕਰਾਂ ਭਾਵੇਂ ਵੱਡੀ ਕਰਾਂ, ਤੁਸੀਂ ਸਾਰੇ ਜਣੇ ਮੈਨੂੰ ਇੱਦਾਂ ਹੀ ਪਿਆਰ ਦੇਣਾ। ਅਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ, ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਇੱਥੇ ਮੈਂ ਸਬਜ਼ੀ ਅੰਦਰੇ ਧੋਣ ਦੇਈ ਸੀ, ਮੈਨੂੰ ਬਾਹਰ ਜਾਣਾ ਪੈਣਾ ਸੀ ਅਤੇ ਮੇਰੇ ਮਗਰੇ ਫਿਰ ਸਿਕੰਦਰ ਨੇ ਅਤੇ ਸੁਲਤਾਨ ਨੇ ਵੀ ਉੱਤਰ ਕੇ ਆ ਜਾਣਾ ਸੀ ਨੀਚੇ ਜੇ ਮੈਂ ਬਾਹਰ ਜਾਂਦੀ। ਅਤੇ ਚਲੋ ਕੋਈ ਗੱਲ ਨਹੀਂ ਆ, ਅਤੇ ਅੱਜ ਦੇ ਵਲੋਗ ਦੇ ਵਿੱਚ ਤੁਹਾਨੂੰ ਬਸ ਇੰਨਾ ਹੀ ਕਿ ਮੈਂ ਦਿਖਾ ਸਕੀ ਹਾਂ। ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੂੰਗੀ ਕਿ ਤੁਹਾਡੇ ਨਾਲ ਹਰ ਕੋਈ ਮਤਲਬ ਚੀਜ਼ ਸ਼ੇਅਰ ਕਰਾਂ, ਹਰ ਕਲਿੱਪ ਸ਼ੇਅਰ ਕਰਾਂ ਤਾਂ ਕਿ ਤੁਹਾਨੂੰ ਵਧੀਆ ਲੱਗੇ ਅਤੇ ਮੈਨੂੰ ਵੀ ਵਧੀਆ ਲੱਗੇ। ਮੈਨੂੰ ਮਤਲਬ ਕਿ ਅੱਜ ਵਾਲੀ ਵੀਡੀਓ 'ਤੇ ਇਸਦੇ ਇੱਦਾਂ ਦੇਖ ਕੇ ਹੋਇਆ ਕਿ ਮੈਂ ਥੋੜ੍ਹੀਆਂ ਤੁਹਾਡੇ ਨਾਲ ਕਲਿੱਪਾਂ ਸ਼ੇਅਰ ਕੀਤੀਆਂ, ਜ਼ਿਆਦਾ ਨਹੀਂ ਕੀਤੀਆਂ। ਅਤੇ ਚਲੋ ਕੋਈ ਗੱਲ ਨਹੀਂ, ਹੁਣ ਗਾਂ ਤੁਹਾਡੇ ਵਾਸਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਆ ਕਰੂੰਗੀ, ਲੰਬੀ ਕਰਿਆ ਕਰੂੰਗੀ, ਅੱਜ ਵਾਲੀ ਛੋਟੀ ਆ। ਅਤੇ ਆਪਾਂ ਮਿਲਦੇ ਹਾਂ ਜੀ ਕਿਸੇ ਹੋਰ ਨੈਕਸਟ ਵੀਡੀਓ ਦੇ ਨਾਲ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ, ਟੇਕ ਕੇਅਰ। ਅਤੇ ਪਲੀਜ਼ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਵਾ, ਅਤੇ ਸਾਰੇ ਜਣੇ ਦੱਸਣਾ ਕਿ ਮੇਰਾ ਸੂਟ ਕਿੱਦਾਂ ਦਾ ਲੱਗਾ, ਇਹ ਵਾਲਾ ਮੈਂ ਨਿਊ ਕੱਢ ਕੇ